ਐ ਸੋਹਣਾ ਨਹੀਂ ਲੱਗ ਰਿਹਾ ਯਾਰ। ਬਿਲਕੁਲ ਸੋਹਣਾ ਨਹੀਂ ਲੱਗ ਰਿਹਾ। ਬਾਲ ਕਿਨਾਰੀ ਬੈਠੀ ਆ ਸਾਡੀ ਦੋਨਾਂ ਜੀਆਂ ਦੀ, ਦੋਨਾਂ ਮਾਵਾਂ ਦੀਆਂ ਦੀ ਬਹੁਤ ਸੋਹਣਾ ਹੈ। ਨਿੰਬਲ ਦਾ ਬਰਥ ਸੀ, ਮੇਰਾ ਬਰਥ ਸੀ। ਤੁਹਾਨੂੰ ਪਹਿਲਾਂ ਕਾਫੀ ਦਿੱਤੀ ਮਾਸੀ ਵਰਗਿਆਂ ਨੇ ਸਾਡੇ ਨਾਲ ਬੈਠ ਦਿੱਤੀ ਜਿਹੜੀ। सत श्री अकाल गाइस, सारे गुड मॉर्निंग, वेलकम टू आर न्यू ब्लॉग लव निमल मसौन। मम्मी चले गए, अज मम्मी नू बाली काली सी, मसा मैं एक रात वास्ते बुलाया। कल पहला मम्मी ने मैनू मना करता सीगा कि मैं नहीं आती, तो मेरा रो रो के बुरा हाल हो गया। मैं क्योंकि ना मैं दो महीने बाद मिलना सी मम्मी नू, तो मैं बहुत ज़्यादा ना अपसैट, बहुत ज़्यादा मैं अपसैट सी, तो मैं बहुत लोनली जहा फील हो रहा सीगा। तो मैं सिर्फ मम्मी नू इन्ना कहा भी पहला मैनू मिल जाओ। मम्मी कहंदे कि ना मैं डायरैक्ट, मम्मी कहंदे कि ना मैं डायरैक्ट भी मतलब कि जद तो जाऊँगी मासी के घर, तो मैंने इदा हो गया भी ठीक है कोई गल नहीं चले जाओ। मम्मी कहती मैं शाम को आ जाऊँगी। असी सोचा कि ठीक है शाम को आ जाऊँगी। मम्मा ने, मम्मा ने फिर कैंसल करता कि मैं शाम को नहीं आ रही क्योंकि इतने भी बहुत सारे काम है। पहला तो मैं रोना होया, बाद मैं इस चीज़ को अंडरस्टैंड कर लिया भी चलो कोई गल नहीं। बट फिर निमल कहते कि नहीं मम्मी तुसी अज ही आओ, ठीक है भी ये भी थोड़ी अपसैट जी हो रही है। मैं इदा सी भी दो महीने बाद मिलना यार अपन होंगे है, मैं जा नहीं सकती अपनी मम्मी को। सानू सफ़र च घट्टो घट्ट 5 घंटे लग जाते हैं, तो अगर असं जाने ठीक है तो फिर उतें रात लगती है, रात भी रहने फिर औखा हो जाता बहुत ज़्यादा, क्योंकि बहुत सारी सैटिंग करन वाली पई होंगी ओबियस जी गल है। तो फिर मम्मा चले गए, मॉर्निंग ही चले गए सके, तो आप जावे सैटरडे नू, तो मम्मी भी अज गए हुए या कपड़े कुपड़े स्टिच करवाने देन वास्ते, जेडे एक अद्धा सूट रह गया सी क्योंकि मम्मी ने कल करवा चौथ दे सूट पए सी। मतलब मैंने कई सारे जने ने कमेंट्स किया कि सस का सूट भी होंगे, सो मेरी मम्मी पहुँच नहीं सके सके इसलिए मेरी मम्मी का सूट पेंडिंग सीगा। बट जिन्ना समान मेरे तो लिया होया सीगा मैं अपनी मम्मी ने देता सीगा, तो इसलिए जिहड़ा बाद च पेंडिंग रह गया सी मम्मी कहिंदी सी मैं आके दे दांगी। तो दिवाली भी पई सी देन वाली, तो सारा फिर मम्मी ने आके सब देन लैन किया, तो हुण मम्मी उही अपने कपड़े सीने देन गए हुए है। तो माड़ा जिहा मार्केट भी जाना वह पर शाम नूं जावांगे, तो निमल भी चले गए काम ते क्योंकि अज सारे काम लेट सीगे, वह भी 10:30 गए अज, तो फिर आप करते हैं तैयारी। ਕੀ ਗੱਲ ਨੇ ਮੂੰਹ ਕੋ ਲੈ ਕੇ ਨਹੀਂ ਗਿਆ, ਮੂੰਹ ਕੋ ਲੈ ਕੇ ਨਹੀਂ ਗਿਆ ਮੇਰੇ ਕੋਟਲੇ ਅੱਜ। ਹੂੰ ਕੀ ਜਾਨਾ, ਗੱਡੀ ਆ ਰਹੀ ਹੈ। ਕਿਹੜੀ ਗੱਡੀ ਆ ਰਹੀ ਹੈ? ਆਹੀ ਸਵਿਫਟ ਆ ਰਹੀ ਹੈ। ਆ ਰਹੀ ਹੈ ਸਵਿਫਟ ਮੁੰਡੋ ਦੀ, ਦੇਖੋ ਤਾਂ ਸਹੀ। ਆਂਦਾ ਮੈਂ ਵੀ ਸਵਿਫਟ ਦੇ ਆਂ। ਪੱਖਾ ਛੱਡ ਲੋ। ਹਾਂ ਯਾਰ ਗਰਮੀ, ਗਰਮੀ ਕਰ ਰੱਖੀ ਹੈ ਯਾਰ ਇਨੀ ਰੂਮ ਦੇ ਵਿੱਚ। ਮੈਂ ਤੇ ਮੰਮੀ ਬਹੁਤ ਸਾਰਾ ਸਮਾਨ ਲੈ ਕੇ ਆਏ ਆ। ਕਿਹੜੀ? ਮੰਮੀ ਦੱਸੋ ਆਪਣਾ ਕਿੰਨਾ ਬਿੱਲ ਬਣਿਆ ਸੀਗਾ? ਆਪਣਾ ਬਿੱਲ ਬਣਿਆ ਸੀ ਜੀ 2100 ਰੁਪਏ। ਫਿਰ ਆਪਾਂ ਕੀ ਕੀਤਾ? ਆਪਾਂ ਥੋੜੀ ਜੀ ਐਡਜਸਟਮੈਂਟ ਕੀਤੀ, ਥੋੜੇ ਪੈਸੇ ਘਟਵਾਏ। ਹਾਂ ਅਸੀਂ ਬਾਰਗੇਨਿੰਗ ਕੀਤੀ। ਉਹਦੇ ਵਿੱਚੋਂ ਕੀ ਕੀਤਾ? ਸਮਾਨ ਘਟਾਤਾ ਸਾਰਾ। ਮਾਤਾ ਜੀ ਅੱਜ ਸਾਰਿਆਂ ਨੂੰ ਦੱਸੋ ਤੁਹਾਡੇ ਰਿਲੇਟਡ ਬਹੁਤ ਬਹੁਤ ਵਧੀਆ ਕਮੈਂਟਸ ਆਏ ਨੇ। ਹਾਂਜੀ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਮੈਨੂੰ ਵੀ ਤੁਹਾਡੇ ਵਰਗੀ ਸੱਸ ਚਾਹੀਦੀ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ, ਸਾਰਿਆਂ ਨੂੰ ਆਪਣੇ ਆਪਣੇ ਜੋ ਵੀ ਆਪਣੀ ਪਬਲਿਕ ਦੇਖ ਰਹੀ ਹੈ ਆਪਣੇ ਵਿਚਾਰ ਪੇਸ਼ ਕਰੋ ਸੋਹਣੇ ਜੀ। ਇਹ ਲਵੀ ਦੀ ਸੱਸ ਬਹੁਤ ਚੰਗੀ ਹੈ, ਤੇ ਤੁਸੀਂ ਆਪਣੇ 2-4 ਵਿਚਾਰ ਆਪਣੀ ਪਬਲਿਕ ਦੇ ਸਾਹਮਣੇ ਰੱਖੋ। ਮੇਰਾ ਤਾਂ ਕਹਿਣਾ ਇਹੀ ਹੈ ਵੀ ਬੇਟੀਆਂ ਨੂੰ ਪਿਆਰ ਕਰੋ, ਬੇਟੀਆਂ ਨੂੰ, ਨੂੰਹਾਂ ਨੂੰ ਆਪਾਂ ਬੇਟੀਆਂ ਬਣਾਵਾਂਗੇ ਤੇ ਨੂੰਹਾਂ ਆਪਾਂ ਨੂੰ ਮਾਵਾਂ ਬਣਾਉਣਗੀਆਂ, ਉਹ ਆਪਾਂ ਨੂੰ ਪਿਆਰ ਕਰਨਗੇ ਤੇ ਆਪਾਂ ਉਹਨਾਂ ਨੂੰ ਪਿਆਰ ਕਰਾਂਗੇ। ਮੇਰਾ ਇਹੀ ਕਹਿਣਾ ਸਾਰਿਆਂ ਨੂੰ ਵੀ ਮੇਰੇ ਵਰਗੀ ਬੇਟੀ ਜੋ ਪ੍ਰਮਾਤਮਾ ਨੇ ਮੈਨੂੰ ਦਿੱਤੀ ਹੈ ਤੇ ਇਹ ਵੀ ਬੇਟੀ ਸਭ ਨੂੰ ਦੇਵੇ ਪ੍ਰਮਾਤਮਾ। ਤੁਸੀਂ ਦੱਸੋ ਜੀ ਇਹ ਜੋ ਆਪਣੇ ਵਿਚਾਰ ਵੀ ਪੇਸ਼ ਕਰੋ, ਇਹ ਜੋ ਮੇਰੀ ਪਿਆਰੀ ਮਾਤਾ ਨੇ ਐਡੇ ਵਧੀਆ ਵਿਚਾਰ ਪੇਸ਼ ਕੀਤੇ ਨੇ ਤੇ ਬਿਲਕੁਲ ਸੱਚ ਤੇ ਬਿਲਕੁਲ ਸਹੀ ਨੇ। ਸੱਚ ਤਾਂ ਸਾਰੇ ਬੋਲਦੇ ਹੁੰਦੇ ਐ, ਬਸ ਮੇਰੀ ਕਦੇ ਵੀ ਕਦੇ ਕਦੇ ਲੜਾਈ ਹੋਈ ਜੋ ਜ਼ਿੰਦਗੀ 'ਚ ਬੇਟੀ ਮੰਗੀ ਆ ਰਹਿਣ ਦੋ ਰਹਿਣ ਦੋ ਝੂਠੇ, ਮੇਰੀ ਤਾਂ ਲੱਗੇ ਦੀ ਕਦੇ ਕਦੇ ਲੜਾਈ ਹੋ ਜਾਂਦੀ ਐ, ਐਵੇਂ ਹੋ ਜਾਂਦੀ ਐ। ਪੈਸ ਦੇ ਤੁਸੀਂ ਹੋ ਮੇਰੇ ਨਾਲ, ਮੈਂ ਕਦੇ ਨਹੀਂ ਬਹਿਣਦਾਗਾ। ਓ ਮੂੰਹ ਦੇਖ ਕਿਤੇ ਜੀ ਬਹੁਤ ਸਾਊ ਹੁੰਦੇ ਐ, ਅਸੀਂ ਭੋਲੇ ਬੰਦੇ ਆ। ਓ ਓ ਰਹਿਣ ਦੋ ਜਿੱਦੇ ਤੁਸੀਂ ਹੋ, ਤੁਸੀਂ ਕਹਿੰਦੇ ਕਿ ਨਾ ਮੈਂ ਤਾਂ ਵੇਚ ਕੇ ਖਾ ਜਾ ਬੰਦੇ ਨੂੰ, ਤੇ ਤੂੰ ਕਿਹੋ ਜੀ ਐ? ਨਹੀਂ ਨਹੀਂ ਤੂੰ ਵੀ ਤੁਸੀਂ ਕਿਹਾ ਸੀ ਇੱਕ ਉਹਨਾਂ ਦਾ ਸਟੇਟਮੈਂਟ ਮੇਰਾ ਇਹ ਕਹਿਣਾ ਹੋ ਰਿਹਾ ਵੀ ਮੇਰੀ ਧੀ ਨਾਲ ਲੜਿਆ ਨਾ ਕਰ। ਮੈਂ ਕਿੱਥੇ ਲੜਿਆ, ਮੈਂ ਤਾਂ ਸੁੱਖਾ ਮੰਗ ਮੰਗ ਕੇ ਵਾਹਿਗੁਰੂ ਤੋਂ ਲਈ ਆ, ਪਰ ਉਹਨੇ ਮੈਨੂੰ ਰੀਅਲ 'ਚ ਆਪਦੀ ਬੇਟੀ ਨਹੀਂ ਦਿੱਤੀ, ਪਰ ਉਹ ਮੇਰੇ ਵਾਸਤੇ ਬੈਠਾ ਸੀ ਲੈ ਕੇ ਪਹਿਲਾਂ ਹੀ ਵੀ ਤੈਨੂੰ ਇਹ ਬੇਟੀ ਮਿਲੂਗੀ। ਸਹੀ, ਤੂੰ ਆਪਦੀ ਬੇਟੀ ਕੀ ਕਰਨੀ ਜੰਮ? ਸਹੀ ਨਿੰਮੋ, ਮੇਰੇ ਮਾਤਾ ਜੀ ਦੇ ਬਹੁਤ ਉੱਚੇ ਵਿਚਾਰ ਨੇ। ਸੋ ਗਾਇਸ ਪਲੀਜ਼ ਤੁਸੀਂ ਬਹੁਤ ਬਹੁਤ ਵਧੀਆ ਕਮੈਂਟ ਕੀਤੇ, ਮੇਰੇ ਮਾਤਾ ਜੀ ਨੂੰ ਇੰਨਾ ਪਿਆਰ ਕੀਤਾ। ਤੁਸੀਂ ਚਲੇ ਜਾਓ ਬਾਬਾ ਜੀ ਦੇ ਘਰ, ਅੱਧੀ ਰਾਤ ਨੂੰ ਆਉਂਗੇ। ਐਵੇਂ ਦੱਸੋ ਸਾਰੇ ਨੂੰ ਤੁਸੀਂ ਜਾ ਕੇ ਕਿੰਨੇ ਵਜੇ ਆਨੇ ਹੁੰਨੇ ਹੋ? ਮੈਂ ਚੱਲਿਆ, ਗੱਡੀ ਪਹੁੰਚ ਚੁੱਕੀ ਹੈ। ਆ ਕੀ ਕਰੀ ਜਾਂਦੇ ਹੋ ਮੰਮੀ? ਦੂਜਾ ਸਮਾਨ ਪਾ ਲਓ। ਕਿਹਦੀ ਟੈਚੀ ਹੈ? ਇਹ ਤਾਂ
अपनी एकाग्रता करानी सारी। निम्मू दी फोटो दियो मम्मी। निम्मल दी भी दियो। मंतव दी भी। मंतव दी सारे ने तीजे दे विच चूचा अमरीक बापू का टैची लेना हो गया। बापू नवा लिया था। हाँ। की चक के लिया हो तुसी आल मत्था टेके ने मैं आई ने ए मैं एही जा हुंदा सी छोटा दिखाओ कोई निमल दे वालां ते ना जाइयो बस निमल दे मुंह ते जाया करो सारे जने। वाल वो नहीं देखने। वाल नहीं देखने बस मुंह मुंडे दा सोना है बस बहुत है। वाल मैं बड़े करी ना ता जो मैं ते जुड़ी कर सका पीछे। हाँ ਤੇ ਇਹ ਵਾਲ ਫਿਰ ਤਾਂ ਕਰਕੇ ਸੂਤ ਨਹੀਂ ਆਂਦੇ ਸਵੇਰੇ ਸਵੇਰੇ ਖਿੱਲਰ ਜਾਂਦੇ ਆ। ਹਾਂਜੀ ਤੋ ਵਾਲਾ ਤੇ ਨਹੀਂ ਜਾਣਾ। ਵਾਲਾ ਤੇ ਨਹੀਂ ਜਾਣਾ। ਮੁੰਡਾ ਵੈਸੇ ਹੀ ਬਹੁਤ ਸੋਹਣਾ ਹੈ। ਨਿੰਮਲ ਦਾ ਬਰਥ ਸੀ ਮੇਰਾ ਬਰਥ ਸੀ 27/10/97 ਤੇ ਫਿਰ 98 ਕਿਉਂ ਲਿਖਿਆ ਜੋ ਕਿ ਗਲਤ ਲਿਖਿਆ ਗਿਆ ਸੀ 27/10/97 ਜਦ ਕਿ ਮੇਰਾ ਨਾਮ ਹੈਗਾ NIMAL ਜਦ ਕਿ ਇਹ ਲਿਖੇਗਾ NIMMAL ਨਿੰਮਲ ਨਿੰਮਲ ਜਦ ਕਿ ਮੇਰਾ ਨਾਮ ਹੈ ਨਿੰਮਲ। मेरा नाम कितना सोना नाम है। हैप्पी बर्थडे। आ देखो मेरी फोटो। हैप्पी बर्थडे टू यू। केडी फोटो गड्डी आ बैठा यट एंड टोपी ला के इतने छोटे क्यों हो गए। आ देख हुन देख। आ देख आ देख अखा इस तो बाद बड़ी फोटो आऊगी तनु दिखाऊंगा। ओ सोनी आ देख बड़ी सोनी दोबारा फोटो सी भाई पहला किसे जे गुबारे आंदे सी ना। हां जी जानदे के वैसे ए ना लवी जेड़ा अपना बैग ते जेड़ा आ शोरूम शोरूम कह गया कमरा शोकेस नहीं बनया होया। हां ए आही रूम है। अच्छा ए आहा रूम है। ਤੁਸੀਂ ਇੱਧਰ ਦੇਖੋ ਵੀ ਆਹਾ ਜਿਹੜਾ ਸ਼ੋਕੇ ਸੀਗਾ ਉਹ ਇੱਥੇ ਹੁੰਦਾ ਹੈ ਸਾਹਮਣੇ। ਅੱਛਾ ਤੇ ਜਿਹੜੀ ਆ ਵਿੰਡੋ ਆ ਗਈ ਦੇਖੋ ਲੋਹੇ ਵਾਲੀ। ਹਾਂ ਉਹ ਵਿੰਡੋ ਆ ਗਈ। ਓਕੇ ਠੀਕ ਹੈ ਜਿੱਥੇ ਉਹ ਮੇਰੇ ਲੱਗ ਗਿਆ। ਅੱਛਾ ਠੀਕ ਹੈ ਕਵਰ ਹੋ ਗਿਆ ਕਵਰ ਹੋ ਗਿਆ ਇਹ ਚੀਜ਼ ਕਵਰ ਕਰਤੀ ਆਪਾਂ ਸਾਰੀ। ਤੇ ਆ ਜਿਹੜੀ ਰਮੀਰਾ ਆ ਗਈ ਇਸ ਮਿੰਟਡ ਬਣੀਆਂ ਹੋਈਆਂ ਨੇ ਇਹ ਸਾਰੀਆਂ ਆ ਗਈਆਂ ਆਪਣੀਆਂ। ਅੱਛਾ ਠੀਕ ਹੈ ਐਂ ਸੀ ਆ ਦੇਖ ਇੱਥੇ ਮੇਰੀ ਫੋਟੋ। ਹੈਪੀ ਬਰਥਡੇ ਟੂ ਸਵੀਟ ਮੈਮਰੀਜ਼। ਬਹੁਤ ਸੋਹਣੀ ਆ ਤੁਸੀਂ। ਮੰਮੀ ਬਹੁਤ ਪਤਲੇ ਹੁੰਦੇ ਸੀ ਇੱਥੇ। ਹਾਂ ਹੈ ਨਾ ਆ ਦੇਖ ਫਾਦਰ ਸਾਹਿਬ ਨਾਲ ਸਾਰੇ ਕਹਿੰਦੇ ਆ ਫਾਦਰ ਸਾਹਿਬ ਦਿਖਦੇ ਨਹੀਂ। ਆ ਦੇਖੋ ਫੋਟੋਆਂ ਜੀ ਦੇਖੋ ਫੋਟੋਆਂ ਜੀ ਦੇਖੋ ਸਵੇਰ ਨੂੰ ਸਾਡੇ ਡੈਡੀ ਚੈਲੰਜ ਹੁੰਦੇ ਆ। ਸਾਡੇ ਡੈਡ ਕੰਮ ਤੇ ਹੁੰਦੇ ਨੇ। ਨੋ ਇੱਥੇ ਦੇਖੋ 8 ਵਜੇ ਚਲੇ ਜਾਂਦੇ ਰਾਤ ਨੂੰ 10 ਛੋਟੇ ਹੁੰਦੇ ਦੀ ਫੋਟੋ। ਹਾਂ ਨਾਨੀ ਨਾਲ ਨਾ ਇਹ ਤਾਂ ਮਮਾ ਕੋਣ ਹੈ ਪਤਾ ਨਹੀਂ ਦਾਦਾ ਜੀ ਆ ਸੀਗੇ ਉਹ ਟੋਪੀ ਵਾਲੇ ਜਿਨ੍ਹਾਂ ਕੋਲ 20 ਸਾਲ ਦੀ ਟੋਪੀ ਹੈ। ਓ ਹਾਂ 20 ਸਾਲ ਦੀ ਟੋਪੀ ਵਾਲੇ ਆ ਕੋਣ ਹੈ ਮੰਮੀ। ਚਲੋ ਕੋਈ ਨਹੀਂ ਮੈਨੂੰ ਪਤਾ ਨਹੀਂ ਨਾ ਇਹ ਮੇਰੇ ਮੁੰਡੇ ਤੋਂ ਵੱਡੀ ਭੂਆ ਸੁਮਿਤਰਾ ਸੋਦਾ ਭੂਆ ਰਾਮਪਰੇ ਤੋਂ ਨਹੀਂ ਕੋਟ ਤੋਂ ਕੋਟਕਪੁਰੇ ਤੋਂ ਇਹ ਸੋਦਾ ਭੂਆ ਮੰਮੀ ਦੀ ਸੋਦਾ ਭੂਆ ਕੋਟਕਪੁਰੇ ਤੋਂ ਆ ਮੈਂ ਤਾਂ ਦੇਖ ਹੀ ਲਿਆ ਇਹ ਮੇਰੀ ਵਿਚੋਲਣ ਵੀ ਹੈ। ਸਵੀਟੀ ਦੀਦੀ ਆ ਕੋਣ ਮੰਮੀ ਆ ਤਾਂ ਸਵੀਟੀ ਦੀ ਹੈ ਇਹ ਨਾਨਕੀ ਹੈ ਇਹ ਨਾਨਕੀ। ਅੱਛਾ ਇੱਥੋਂ ਸੀਲੋ ਮਾਸੀ ਕੇ ਨਾਨਕੀ ਹਾਂ ਨਾਨਕੀ ਹੈ ਨਾਨਕੀ ਹੈ ਬੜੇ ਮੰਮੀ ਜੋ ਦੇਖਦੀ ਹੈ ਨਾ ਦੇਖੀ ਓਏ ਮੇਰੇ ਆਪ ਹੀ ਦਿੱਤੀ ਹੈ ਨਿਗਾ ਕਰ ਗਈ ਨਾ ਨੇੜੇ ਦੀ ਹਾਂ ਚਸ਼ਮੇ ਲਾਣੇ ਨਹੀਂ ਮੰਮੀ ਨੇ ਬਣਾ ਕੇ ਰੱਖ ਰੱਖੇ ਆ ਇਹ ਬੀਬੀ ਜੀ ਇੱਥੋਂ ਆਪਣੇ ਮੇਰੇ ਮੰਮੀ ਦੇ ਬੁਆ ਜੀ ਦੀ ਬੇਟੀ ਮੰਮਾ ਜੀ ਦੇ ਬੁਆ ਜੀ ਦੀ ਬੇਟੀ ਮੈਂ ਤਾਂ ਰਿਸ਼ਤਾ ਆ ਦੇਖੋ ਕੱਲੇ ਹੀ ਨੱਚੀ ਜਾਂਦੇ ਉਹਦਾ ਵੀ ਨੱਚਣ ਦਾ ਬਥੇਰਾ ਸ਼ੌਂਕ ਸ਼ੂਟ ਬਹੁਤ ਸੋਹਣਾ ਸੀਗਾ ਸੂਟ ਕੇ ਸ਼ੂਟ ਵਾਲ ਮੇਰੇ ਉਹਦਾ ਵੀ ਲੰਬੇ ਸੀ ਕਿਤੇ ਆਏ ਗੰਦੇ ਜਿਹੇ ਘੁੰਗਰਾਲੇ ਹਨਾ ਆ ਦੇਖ ਇੱਧਰ ਹਾਂ ਕਹਿ ਦੂ ਕੋਈ ਵੀ ਉਹੀ ਮੁੰਡਾ ਹੈ ਬਦਲ ਆ ਦੇਖ ਹੂੰ ਇਹਦੇ ਪਿੱਛੇ ਤਾਂ ਬਹੁਤ ਜੁੱਦ ਲੱਗੇ ਨੇ ਮੁੰਡੇ ਪਿੱਛੇ ਓ ਨਿਮਲ ਮੈਂ ਬੰਦ ਕਰਾ ਦੇਣੀ ਐਲਬਮ ਆ ਵੱਡਾ ਆਈ ਹੈ ਆ ਟੈਟੂ ਵਾਲਾ ਵੱਡਾ ਆ ਗਿਆ ਬਈ ਆਈ ਹੈ ਓ ਆੜੀ ਦੇਖਣੀ ਆੜੀ ਦੇਖਣੀ ਨਹੀਂ ਨਹੀਂ ਕਰਦਾ ਸੀ ਮੈਂ ਨਹੀਂ ਦੇਖਗੀ ਨਹੀਂ ਨਹੀਂ ਕਰਦਾ ਸੀ ਨਹੀਂ 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 ਤਾਂ ਤੁਸੀਂ ਹੁਣ ਵੀ ਨਹੀਂ ਕਰਦੇ ਉਹਦਾ ਕਿਵੇਂ ਕਰਦੇ ਸੀਗੇ ਇਹ ਨਹੀਂ ਇਹ ਛੋਟੇ ਬੱਚੇ ਹੁੰਦੇ ਨੇ ਨਾ ਐ ਨਹੀਂ ਕਰਦੇ ਹੁੰਦੇ ਇਹ ਬੈਠ ਹੋਰ ਖਾਉਂਗਾ
ਹੁਣ ਆਪਦੀਆਂ ਥੋੜੀ ਜਿਹੀ ਗਰੋ ਕਰਨ ਵਾਲੀਆਂ ਦਿਖਾ ਦੋ ਜਿੱਥੇ ਮੈਂ ਥੋੜਾ ਜਿਹਾ ਪਤਲਾ ਹੋ ਗਿਆ ਥੋੜੇ ਜੀ ਹੋਰ ਹੀ ਸ਼ਕਲ ਬਦਲ ਗਈ ਸੀ ਵੀ ਇਹ ਨਿੰਮਲ ਹੈ ਹੀ ਨਹੀਂ ਜਿੱਥੇ ਤਾਂ ਨਿੰਮਲ ਲੱਗਦਾ ਹੀ ਨਹੀਂ ਲਿਚਰ ਲੱਗਦਾ ਹੀ ਨਹੀਂ ਆ ਪਹਿਲੀ ਫੋਟੋ ਜੱਟ ਦੀ ਹਣੀ ਸਿੰਘ ਆਪਣੇ ਗਾੜੇ ਜਿਹੇ ਗਵੰਗੂ ਵੜ ਕੇ ਖੜਾ ਸੀ ਆ ਦੇਖੋ ਕੇ ਨਹੀਂ ਬ੍ਰਹਮਾ ਵਿਸ਼ਨੂੰ ਮਹੇਸ਼ ਮੈਂ ਉੱਥੇ ਇਹ ਮੈਂ ਗਿਆ ਸੀ ਗੁੜਗਾਉਂ ਗੁੜਗਾਉਂ ਦੇ ਹੁਣ ਚੱਪੜਾਂ 'ਚ ਖੜਾ ਦੇਖੀ ਥੱਲੇ मेहंदी सेकंड टाइम मेहंदी लगवा रही है नहीं थर्ड टाइम एक बार ब्याह ते लगवाई सी एक बार लुधियाना गए सी उधर लगवाई सी पूनम दीदी तो हम भैया तो लगवा रहे हैं डैडी शैडी हो जाइए ये अपने बलाडे दे ही नहीं सुन लो गोत पीछे लड़ाई हो जाती है गुतनी 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 कमा आता नहीं मम्मी तो भड़क के मैं तो सीधी गल कहती बेटे एकदम सुन ले भी आप फोन नहीं करके बैठे प्लीज मेरी बेनती है आ गए तेरे लुक बहुत सोनी भरमा चेहरा लगता है हाय 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 यार मेनू की होया यार मेनू तो समझ नहीं आई यार वैसे की करा आया है जमे देखिए एड्डी सोहनी लुक लगी जी मेरी देखी यार मैनू दिखा दे यार मैनू दिखा दे कढ़ दे यार ओ किवें सीगा देखो भाई सोहनी लग रही है भाई तेनू किवें लग रही है हैं टल्ली वाला बाबा तुहानू टल्ली वाला मामा मेहंदी लग रही है ब्याह दियां तैयारियां हो गईयां साडे तां भाई शुरू जान दियां तैयारियां हो गईयां खड़े पैर मेरा सूट आया आ तां देखो आ लिया बनवा के मेरा वो कितने है काट ले वन दिस इज येलो कलर येलो कलर दोनों कलर सोने ने कार्ड मम्मी कार्ड देखी लव निमल मसान वाओ याद है ले फ्लावर याद है बिल्कुल याद है शर्ट काली कर शर्ट ब्लैक लेंदी काम सारे हो गए यार मैं एडा सोना लग रहा है दो की मेरी बुद्धि देखो यार ਹਾਂ ਐਡੇ ਸੋਹਣੇ ਵਾਲ ਕਰਾ ਕੇ ਨਹੀਂ ਜਾਲੀ ਬਣਾ ਦੋ ਕਿ ਆਪਦੇ ਟੈਪ ਨਾਲ ਜਾਲੀ ਬਣਾ ਰਹੇ ਹੋ ਮੈਂ ਆਪਣੇ ਹਿਸਾਬ ਸੇ ਬਣਾ ਰਿਹਾ ਹਾਂ ਨਾ ਇਸਕੋ ਜਾਲੀ ਬਣਾ ਨਹੀਂ ਲੱਗੇ ਪਰ ਵਿਆਹ ਲੈ ਹੱਕ ਪੂਰੇ ਹੈਡ ਹੈਵੀ ਤਾਂ ਲੱਗ ਰਹੀ ਐਡੀ ਸੋਹਣੀ ਹੈ ਯਾਂ ਫੁੱਲ ਆਏਗਾ ਠੀਕ ਹੈ ਬਾਕੀ ਜਾਲ ਹੋਗਾ ਯਾਂ ਸੀ ਯਾਂ ਤੇ ਯਾਂ ਠੀਕ ਹੈ ਭਈਆ ਜੀ ਬਾਤ ਪਤਾ ਕੀ ਹੈ ਇਹ ਨਾ ਖੁਦ ਵੀ ਮਹਿੰਦੀ ਲਗਾਤੀ ਹੈ ਇਸਕੋ ਐਸੇ ਲੱਗਦਾ ਹੈ ਕਿ ਬਸ ਆਪਣੇ ਆਪ ਸੇ ਲੱਗ ਜਾਂਦੀ ਹੈ ਨਾ ਸੋਹਣੀ ਲੱਗਦੀ ਹੈ ਹੈ ਬਾਲੀ ਸੋਹਣੀ ਮਹਿੰਦੀ ਲੰਦੀ ਹੈ ਕਾਈ ਕੰਨੀ ਹੈ ਮੈਨੂੰ ਐਨਾ ਤਾਂ ਮੈਂ ਹੀ ਸੋਹਣੀ ਲੰਦੀ ਹਾਂ ਭਈ ਮੇਰੇ ਲਗਾ ਦੋਗੇ ਥੋੜੀ ਸੀ ਹੈ ਮੇਰੇ ਨਾਮ ਲਿਖ ਦਿਓ ਗੱਲਾਂ ਭਈ ਬੋਲਦੇ ਕਿਉਂ ਨਹੀਂ ਤੁਸੀਂ ਹੈਂ ਜੀ ਦਿਸਦੇ ਆ ਬੋਲਦੇ ਕਿਉਂ ਤੁਸੀਂ ਮਹਿੰਦੀ 'ਚ ਧਿਆਨ ਹੈ ਕੰਮ 'ਚ ਧਿਆਨ ਹੁੰਦਾ ਚੱਲ ਮੈਂ ਕੰਮ ਕਰ ਲਾਂ ਯਾਰ ਦੋ ਚਾਰ ਮਿੰਟ ਕਿਸਨਾ ਕਲਾਕਾਰੀ ਕਿਹਨੇ ਪੂਨਮ ਪੂਨਮ ਦਾ ਫਿਰ ਯਾਰ ਉਹ ਤਾਂ ਉਹ ਸੀਗੀ ਯਾਰ ਪੂਨਮ ਤਾਂ ਸਿਰਾ ਮੇਰਾ ਤਾਂ ਮੈਂ ਤਾਂ ਬੈਠਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਅੱਜ ਕੱਲ ਸੋਹਣਾ ਨਹੀਂ ਲੱਗ ਰਿਹਾ ਯਾਰ ਗੱਲਬਾਤ ਗ੍ਰੀਨ ਕਲਰ ਦਾ ਸਿਰਾ ਲੱਗਿਆ ਪਿਆ ਸੂਟ ਦਾ ਕਿੱਥੇ ਹੈ ਭੀੜੋ ਕਰਾਉਣਾ ਦਿੱਤਾ ਮੈਂ ਹੁਣ ਹੋਊਗਾ ਫੜਾ ਵੀ ਆ ਅੰਜੂ ਆਂਟੀ ਨੂੰ ਦਿੱਤਾ ਯਾਰ ਨਹੀਂ ਤਾਂ ਜੇ ਨਾ ਕੀਤਾ ਨਾ ਮੁੱਛਲ ਨੂੰ ਦੇ ਕੇ ਆਇਓ ਮੰਮੀ ਨਾਲ ਜਾ ਕੇ ਆਂਟੀ ਦੇ ਕੇ ਕਿਹਨੂੰ ਆਈ ਐ ਤਾਂ ਦੱਸ ਦੋ ਰੇਖਾ ਨੂੰ ਰੇਖਾ ਨਾਲ ਹਜੇ ਤੱਕ ਤਿਆਰੀ ਹੋਈ ਨਹੀਂ ਜਾਂਦੀ ਸਾਡੇ ਤਾਂ ਸੌਣ ਲੱਗੀ ਕਿਧਰੇ ਕੀ ਪਿਆ ਕਿਧਰੇ ਕੀ ਪਿਆ ਮੰਮੀ ਭੱਜੀ ਫਿਰਦੀ ਹਜੇ ਤੱਕ ਮੰਮੀ ਨਾਲ ਹੱਥੀ ਨਹੀਂ ਹੈਗੀ ਗੱਲਬਾਤ ਨਹੀਂ ਖਾਜਾ ਪਤਾ ਖਾਣਾ ਵੀ ਨਹੀਂ ਖਾਦਾ ਅੱਜ ਤਾਈਂ ਲੈ ਵੀ ਖਾਣਾ ਖੁਣਾ ਖਵਾ ਦੋ ਯਾਰ ਭੁੱਖ ਲੱਗੀ ਦੁਬਾਰਾ ਫੇਰ ਮੰਮੀ ਕੋਲੇ ਪਹੁੰਚ ਚੁੱਕੇ ਆ ਇਧਰ ਵੀ ਪਹੁੰਚ ਗਏ ਮੌਜੂਦਾ ਸਟਾਰ ਮੌਜੂਦਾ ਸਟਾਰ ਜਦੋਂ ਬਹੁਤ ਰੁਕੇ ਕਿਉਂਕਿ ਰਸਤੇ ਦੇ ਵਿੱਚ ਥੋੜਾ ਥੋੜਾ ਨਾ ਕਈ ਵਾਰੀ ਆਪਾਂ ਨੂੰ ਮਤਲਬ ਹੈ ਸਫੋਕੇਸ਼ਨ ਜੀ ਹੋਣ ਲੱਗ ਜਾਂਦੀ ਆ ਫਿਰ ਆਪਾਂ ਹੋਰ ਬਥੇਰੇ ਕੰਮ ਕਿਤੇ ਰੁਕ ਕੇ ਨਿਮਲ ਦੇ ਆਫਿਸ 'ਚੋਂ ਵੀ ਫੋਨ ਆ ਰਹੇ ਸੀ ਉਹਨਾਂ ਨੇ ਕੰਮ ਡਨ ਕੀਤੇ
ਤੇ ਹੁਣ ਆਪਾਂ ਕਾਫੀ ਵਗੈਰਾ ਪੀ ਲਈਏ ਵਿਆਹ ਵਾਲਾ ਘਰ ਤੁਹਾਨੂੰ ਦਿਖਾਵਾਂਗੇ ਫ੍ਰੀ ਹੋ ਕੇ ਤੇ ਕੱਲ ਨੂੰ ਮਾਸੀ ਤੁਹਾਨੂੰ ਪਹਿਲਾਂ ਕਾਫੀ ਨਹੀਂ ਦਿੱਤੀ ਮਾਸੀ ਵਰਗੇ ਸਾਡੇ ਨਾਲ ਬੈਠ ਕੇ ਜਿਹੜੀ ਇੰਨੇ ਕੰਮ ਹੀ ਬੰਦੇ ਨਿਮਲ ਇੰਨੇ ਕੰਮ ਹੀ ਬੰਦੇ ਕਿ ਰਸਤੇ ਦੇ ਵਿੱਚ ਵੀ ਇਹਨਾਂ ਨੇ ਲੈਪਟਾਪ ਖੋਲ ਕੇ ਪਹਿਲਾਂ ਬਿੱਲ ਭੇਜਿਆ ਫਿਰ ਵਾਪਸ ਆਏ ਕੰਮ ਹੀ ਬਹੁਤ ਹੈ ਕੀ ਕਰੀਏ ਤੇ ਅੱਜ ਜਿਹੜੀ ਸਾਡੇ ਘਰੇ ਤੁਰਨ ਪਿੱਛੇ ਕਦੇ ਮੰਮੀ ਗੁੱਸੇ ਕਦੇ ਮੈਂ ਗੁੱਸੇ ਕਦੇ ਨਿਮਲ ਰੁੱਸੇ ਲੱਗੇ ਪਏ ਸਾਰਿਆਂ ਨੂੰ ਆਪਾਂ ਮਿਲਦੇ ਤੁਹਾਨੂੰ ਕੱਲ ਬਾਏ 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 ਕਰੋ ਬਾਏ ਬੇਟਾ ਤੁਸੀਂ ਵੀ ਕਰੋ ਨਹੀਂ